ਸਰਕਾਰੀ ਹਸਪਤਾਲਾਂ ਵਿੱਚ 3 ਘੰਟੇ ਦੀ ਹੜਤਾਲ ਤੇ ਜਿਹੜੇ ਡਾਕਟਰ ਸਾਹਿਬ ਜਿਹੜੇ ਆ ਦਿਖਾਈ ਦੇ ਰਹੇ ਨੇ ਵੀ ਜਿਹਦਾ ਕਰਕੇ ਭਾਵੇਂ ਪੇਸ਼ੈਂਟ ਖੱਜਲ ਖੁਆਰ ਜ਼ਰੂਰ ਹੁੰਦੇ ਪਏ ਨੇ, ਲੇਕਿਨ ਡਾਕਟਰ ਲੋਕ ਵੀ ਜਿਹੜੇ ਆ ਉਹ ਵੀ ਕਾਫੀ ਜਿਹੜੇ ਆ ਖੱਜਲ ਖੁਆਰ ਹੋ ਰਹੇ, ਕਿਉਂਕਿ ਸਰਕਾਰਾਂ ਨੇ ਜੋ ਵਾਅਦੇ ਕੀਤੇ ਸੀ ਉਸ ਤੋਂ ਵਾਅਦਿਆਂ ਤੋਂ ਜਿਹੜੇ ਮੁੱਕਰ ਦੇ ਸਾਫ਼ ਤੌਰ 'ਤੇ ਦਿਖਾਈ ਦੇ ਰਿਹਾ, ਜਿਹਦਾ ਰੋਚ ਹੈ ਉਹ ਡਾਕਟਰਾਂ ਵਿੱਚ ਸਾਫ਼ ਤੌਰ 'ਤੇ ਦੇਖਣ ਨੂੰ ਮਿਲਦਾ ਹੈ ਅਤੇ ਸਾਰੇ ਡਾਕਟਰ ਜਿਹੜੇ ਆ ਪ੍ਰੋਟੈਸਟ ਕਰਦੇ ਪਏ ਨੇ, ਉਹ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਦੀ ਆਪਣੀਆਂ ਮੰਗਾਂ ਨੇ, ਲੰਬੇ ਸਮੇਂ ਤੋਂ ਇਹ ਮੰਗਾਂ ਜਿਹੜੀਆਂ ਆਪਣੀਆਂ ਸਰਕਾਰ ਅੱਗੇ ਰੱਖ ਰਹੇ ਨੇ। ਸਰਕਾਰਾਂ ਜਦੋਂ ਸਰਕਾਰ ਬਣਾਉਣ ਤਾਂ ਜਾਂਦੀਆਂ ਨੇ ਔਰ ਬੜੇ ਬੜੇ ਵੱਡੇ ਵਾਅਦੇ ਕਰਦੀਆਂ, ਲੇਕਿਨ ਉਸ ਤੋਂ ਬਾਅਦ ਵਾਅਦਿਆਂ ਤੋਂ ਮੁੱਕਰਦੀਆਂ ਵੀ ਸਾਫ਼ ਤੌਰ 'ਤੇ ਦਿਖਾਈ ਦੇ ਰਹੀਆਂ, ਜਿਸ ਕਰਕੇ ਡਾਕਟਰਾਂ ਵਿੱਚ ਵੀ ਕਾਫੀ ਰੋਸ ਹੈ, ਜਿਹੜੇ ਪੇਸ਼ੈਂਟ ਹੈ ਜਿਹੜੇ ਖੱਜਲ ਖੁਆਰ ਹੋ ਗਏ ਉਹਨਾਂ ਵਿੱਚ ਵੀ ਰੋਸ ਹੈ, ਤਾਂ ਜੋ ਸਰਕਾਰਾਂ ਇਹਨਾਂ ਦਾ ਹੱਲ ਕਰੇ ਤਾਂ ਜੋ ਪੇਸ਼ੈਂਟ ਵੀ ਜਿਹੜੇ ਖੱਜਲ ਖੁਆਰ ਨਾ ਹੋਣ। ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ, ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਆਖਿਰ ਕੀ ਸੋਚ ਹੈ ਵੀ ਜਿਹੜੀ ਹੜਤਾਲ ਇਹਨਾਂ ਨੂੰ ਕਰਨ ਵਾਸਤੇ ਸੜਕਾਂ ਤੇ ਉਤਰਨਾ ਪੈ ਰਿਹਾ, ਕਿਉਂ ਸਰਕਾਰ ਜਿਹੜੀਆਂ ਇਹਨਾਂ ਦੀ ਮੰਗਾਂ ਨੂੰ ਜਿਹੜੀ ਪ੍ਰਵਾਨ ਪਹਿਲਾਂ ਨਹੀਂ ਕਰਦੀ, ਜਿਸ ਕਰਕੇ ਇਹਨਾਂ ਵਿੱਚ ਜਿਹੜਾ ਗੁੱਸਾ ਦਿਖਾਈ ਦੇ ਰਿਹਾ। ਸਰ ਕੀ ਗੁੱਸਾ ਹੈਗਾ ਵੀ ਜਿਸ ਕਰਕੇ 3 ਘੰਟੇ ਦੀ ਹੜਤਾਲ? ਮੇਨਲੀ ਤਾਂ ਜਿਹੜੀ ਸਰਕਾਰ ਹੈਗੀ ਹੈ, ਜਿਹੜੀ ਸਾਡੀ ਕੈਰੀਅਰ ਪ੍ਰੋਗਰੈਸ਼ਨ ਦੀ ਸਕੀਮ ਹੁੰਦੀ ਹੈ, ਜਿਹੜਾ ਅਸੀਂ ਤਰੱਕੀਆਂ ਮਿਲਦੀਆਂ ਡਾਕਟਰਾਂ ਨੂੰ, 2021 ਤੋਂ ਸਰਕਾਰ ਨੇ ਬੰਦ ਕੀਤੀਆਂ ਹੋਈਆਂ। ਅਸੀਂ ਸਰਕਾਰ ਨੂੰ ਕਈ ਵਾਰੀ ਨੋਟਿਸ ਦੇ ਚੁੱਕੇ ਹਾਂ ਕਿ ਅਸੀਂ ਜੇ ਇਹ ਤਰੱਕੀਆਂ ਸਾਡੀ ਬਹਾਲ ਨਹੀਂ ਕੀਤੀਆਂ ਗਈਆਂ, ਦੁਬਾਰਾ ਸ਼ੁਰੂ ਨਹੀਂ ਕੀਤੀਆਂ ਗਈਆਂ, ਤਾਂ ਸਾਨੂੰ ਇੱਕ ਕੜਾ ਰੁੱਖ ਅਪਣਾਉਣਾ ਪਊਗਾ, ਸਰਕਾਰ ਦੇ ਵਿਰੁੱਧ ਵੀ ਜਾਣਾ ਪਊਗਾ, ਉਹਦੇ ਨਾਲ ਜਿਹੜੇ ਲੋਕ ਹੈਗੇ ਉਹ ਵੀ ਖਰਾਬ ਹੁੰਦੇ ਆ। ਡਾਕਟਰ ਜਿਹੜੀ ਆ ਪੜ੍ਹੀ ਲਿਖੀ ਕੌਮ ਹੈ, ਉਹ ਧਰਨਿਆਂ 'ਤੇ ਬਹਿ ਕੇ ਖੁਸ਼ ਨਹੀਂ ਹੈਗੀ ਆ, ਪਰ ਜਦੋਂ ਸਰਕਾਰ ਕੋਈ ਗੱਲ ਨਹੀਂ ਸੁਣਦੀ, ਕੋਈ ਹੱਕ ਪੱਲਾ ਨਹੀਂ ਫੜਾਉਂਦੀ, ਤਾਂ ਸਾਨੂੰ ਮਜਬੂਰੀ ਵਸ਼ ਧਰਨੇ 'ਤੇ ਬਹਿਣਾ ਪੈਂਦਾ ਹੈ ਕਿ ਸਾਨੂੰ ਜਿਹੜੇ ਹੈਗੇ ਆ ਕਿ ਸਾਡੀ ਤਰੱਕੀਆਂ ਜਿਹੜੀ ਆ ਉਹ ਸ਼ੁਰੂ ਕੀਤੀਆਂ ਜਾਣ, ਹਸਪਤਾਲਾਂ 'ਚ ਜਿਹੜੀ ਸਿਕਿਉਰਿਟੀ ਹੈਗੀ ਹੈ ਉਹ ਪ੍ਰੋਪਰ ਮੇਨਟੇਨ ਕੀਤੀ ਜਾਵੇ, ਅਤੇ ਜਿਹੜੇ ਡਾਕਟਰਾਂ ਦੀ ਭਰਤੀਆਂ ਬੰਦ ਕੀਤੀਆਂ ਹੋਈਆਂ ਅਤੇ ਬਹੁਤ ਘੱਟ ਹੋ ਰਹੀਆਂ, ਉਹਨਾਂ ਨੂੰ ਨਿਯਮਿਤ ਤੌਰ 'ਤੇ ਸ਼ੁਰੂ ਕੀਤੀਆਂ ਜਾਵੇ। ਸਰ ਜੇ ਡਾਕਟਰ ਲੋਕ ਹੀ ਸੜਕਾਂ ਤੋਂ ਉਤਰਨਗੇ ਤਾਂ ਤੁਸੀਂ ਸਮਝ ਸਕਦੇ ਹਾਂ ਵੀ ਸਰਕਾਰ ਦੀ ਨਾਕਾਮੀ ਹੈ ਕਿਤੇ ਨਾ ਕਿਤੇ? ਬਿਲਕੁਲ ਜੀ, ਜੇ ਸਰਕਾਰ ਜਿਹੜੀ ਹੈਗੀ ਹੈ ਜੇ ਇਸ ਚੀਜ਼ ਨੂੰ ਪਹਿਲਾਂ ਹੀ ਉਹ ਹੱਲ ਕਰ ਲੈਂਦੀ, ਹੁਣ ਜੇ ਮੀਟਿੰਗਾਂ ਦਾ ਟਾਈਮ ਦੇ ਰਹੇ ਹੈ ਕਿ ਅਸੀਂ ਬਾਅਦ 'ਚ 2 ਦਿਨ ਬਾਅਦ ਮੀਟਿੰਗ ਕਰਾਂਗੇ ਜਾਂ ਕੱਲ੍ਹ ਮੀਟਿੰਗ ਕਰਾਂਗੇ ਅਤੇ ਉਹਦੇ 'ਚ ਹੱਲ ਕਰਾਂਗੇ, ਇਹ ਜਦੋਂ ਧਰਨੇ ਦਾ ਨੋਟਿਸ ਦਿੱਤਾ ਗਿਆ ਸੀ ਉਸ ਵੇਲੇ ਵੀ ਸਰਕਾਰ ਕਰ ਸਕਦੀ ਸੀ, ਜਿਹਦੇ ਨਾਲ ਡਾਕਟਰ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਸੜਕਾਂ 'ਤੇ ਨਾ ਉਤਰਨਾ ਪੈਂਦਾ ਅਤੇ ਜਿਹੜੇ ਮਰੀਜ਼ ਹੈਗੇ ਉਹਨਾਂ ਨੂੰ ਵੀ ਇੰਨੀ ਇੰਨੀ ਵੇਟ ਨਾ ਕਰਦੇ। ਸਰ ਤੁਹਾਡਾ ਸਪੋਰਟ ਪੈਰਾਮੈਡੀਕਲ ਸਟਾਫ ਵੀ ਕਰ ਰਿਹਾ, ਹੋਰ ਸਾਰੇ ਸਟਾਫ ਕਰ ਰਿਹਾ? ਬਿਲਕੁਲ ਜੀ, ਜਿਹੜਾ ਸਾਡਾ ਸਾਰਾ ਸਟਾਫ ਉਹ ਸਾਡੇ ਨਾਲ ਖੜਾ ਹੈ, ਅਤੇ ਜੇ ਇਸ ਲੜਾਈ ਨੂੰ ਅੱਗੇ ਵਧਾਉਣਾ ਪੈਂਦਾ ਜਾਂ ਇਸ ਹੜਤਾਲ ਨੂੰ ਹੋਰ ਵਧਾਉਣਾ ਪੈਂਦਾ ਤਾਂ ਅਸੀਂ ਸਰਕਾਰ ਦੇ ਵਿਰੁੱਧ ਅੱਗੇ ਹੋਰ ਕੜੇ ਕਦਮ ਚੁੱਕਾਂਗੇ। ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਮਤਲਬ ਕਿ ਡਾਕਟਰ ਲੋਕਾਂ ਦੇ ਵਿੱਚ ਗੁੱਸਾ ਦਿਖਾਈ ਦੇ ਰਿਹਾ, ਕਿਉਂਕਿ ਉਹਨਾਂ ਦੀ ਲਗਾਤਾਰ ਜਿਹੜੀ ਮੰਗ ਹੈ ਉਹੀ ਓ ਮੰਗ ਹੈ ਵੀ ਉਹਨਾਂ ਦੀ ਜਿਹੜੀਆਂ ਮੰਗਾਂ ਉਹ ਪ੍ਰਵਾਨ ਕੀਤੀਆਂ ਜਾਣ। ਸਾਡੇ ਨਾਲ ਹੋਰ ਵੀ ਡਾਕਟਰ ਸਾਹਿਬ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੁਰੱਖਿਆ ਦਾ ਮੁੱਦਾ ਤੁਹਾਡੇ ਵਾਸਤੇ ਬਹੁਤ ਅਹਿਮ ਹੈ, ਤੁਸੀਂ ਇਹਨੂੰ ਦੇਖ ਕੇ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰਾਂ ਬਹੁਤ ਦਾਅਵੇ ਕਰਦੀਆਂ। ਮੈਂ ਵਾਈਸ ਪ੍ਰੈਜ਼ੀਡੈਂਟ ਪੈਰਾਮੈਡੀਕਲ ਯੂਨੀਅਨ ਦੀ ਪ੍ਰੈਜ਼ੀਡੈਂਟ ਹਾਂ, ਅਤੇ ਜਿਹੜੀ ਸੁਰੱਖਿਆ ਨੂੰ ਲੈ ਕੇ ਗੱਲ ਹੈ ਕਿ ਅਸੀਂ ਪਹਿਲਾਂ ਵੀ ਬਹੁਤ ਧਰਨੇ ਲਗਾ ਚੁੱਕੇ ਹਾਂ, ਜਦੋਂ ਕਲਕੱਤਾ ਕਾਂਡ ਹੋਇਆ ਸੀਗਾ ਉਦੋਂ ਵੀ ਅਸੀਂ ਸਾਰਿਆਂ ਨੇ ਸਹਿਯੋਗ ਕਰਕੇ ਸਾਰੇ ਯੂਨਿਟਸ ਨੇ ਇਕੱਠੇ ਹੋ ਕੇ ਧਰਨਾ ਲਗਾਇਆ ਸੀਗਾ। ਪਰ ਆਈ ਥਿੰਕ ਮੈਨੂੰ ਲੱਗਦਾ ਹੈ ਕਿ ਸਰਕਾਰ ਕਿਸੇ ਇੱਕ ਹੋਰ ਦੀ ਬਲੀ ਚੜ੍ਹਨਾ ਮੰਗ ਰਹੀ ਹੈ, ਜਿੰਨੀ ਦੇਰ ਤੱਕ ਕੋਈ ਹੋਰ ਕਾਂਡ ਨਹੀਂ ਹੋਏਗਾ ਮੈਨੂੰ ਲੱਗਦਾ ਹੈ ਇਹ ਉਨੀ ਦੇਰ ਤੱਕ ਜਾਗਣਗੇ। ਤੁਸੀਂ ਲੱਗਦਾ ਵੀ ਇਹਨਾਂ ਦੀ ਮੰਗ ਹੈ ਵੀ ਸਰਕਾਰ ਜਿਹੜੀ ਹੈਗੀ ਆ ਉਹ ਜਿਹੜੀ ਆ ਵੀ ਦਾਅਵੇ ਕਰਦੀ ਹੈ, ਲੇਕਿਨ ਜ਼ਮੀਨੀ ਤੌਰ 'ਤੇ ਉਹ ਪ੍ਰਮਾਣ ਹੁੰਦੇ ਦਿਖਾਈ ਨਹੀਂ ਦੇ ਰਹੇ, ਕਿਉਂਕਿ ਪਿੱਛੇ ਕਲਕੱਤਾ ਦੇ ਵਿੱਚ ਜਿਹੜਾ ਕਾਂਡ ਹੋਇਆ ਸੀ ਉਹਨੂੰ ਲੈ ਕੇ ਸੁਰੱਖਿਆ ਦੇ ਦਾਅਵੇ ਕੀਤੇ ਗਏ ਸੀ, ਲੇਕਿਨ ਹਜੇ ਤੱਕ ਕੋਈ ਵੀ ਸੁਰੱਖਿਆ ਦੇ ਇੰਤਜ਼ਾਮ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਇੱਥੇ ਨਹੀਂ ਕੀਤੇ ਗਏ, ਜਿਸੇ ਕਰਕੇ ਸਾਰੇ ਸਟਾਫ ਦੇ ਵਿੱਚ ਜਿਹੜਾ ਗੁੱਸਾ ਉਹ ਸਾਫ਼ ਤੌਰ 'ਤੇ ਦਿਖਾਈ ਦੇ ਰਿਹਾ। ਮੈਡਮ, ਇਹ ਗੁੱਸਾ ਵੀ ਤੁਸੀਂ ਰਿਟਨ 'ਚ ਵੀ ਇਹ ਸ਼ਿਕਾਇਤਾਂ ਕੀਤੀਆਂ, ਮਤਲਬ ਕਿ ਵੀ SSP ਨੂੰ ਵੀ ਜੇ ਸੁਰੱਖਿਆ ਜਿਹੜੀ ਹੋਣੀ ਚਾਹੀਦੀ? ਅਸੀਂ ਬਹੁਤ ਵਾਰੀ ਲਿਖ ਚੁੱਕੇ ਨੇ ਕਿ ਕਈ ਵਾਰੀ ਝੂਠੇ ਵਾਅਦੇ ਵੀ ਨਹੀਂ ਹੋਏ ਨੇ ਕਿ ਸਿਵਲ ਹਸਪਤਾਲ ਦੇ ਵਿੱਚ ਚੌਕੀ ਦਾ ਇੰਤਜ਼ਾਮ ਕੀਤਾ ਜਾਏਗਾ, ਬਟ ਇਹੋ ਜਿਹੀ ਕੋਈ ਗੱਲ ਆਪਾਂ ਨੂੰ ਦਿਖ ਰਹੀ ਹੈ ਕਿ ਹੋਈ ਨਹੀਂ ਹੈਗੀ। ਸਭ ਤੋਂ ਵੱਡੀ ਗੱਲ ਹੈ ਜੀ ਪੇਸ਼ੈਂਟ ਦੀ ਜਿਹੜੀ ਮੁਸ਼ਕਲ ਹੈ ਇਹਨੂੰ ਹੱਲ ਕਿਵੇਂ ਕੀਤਾ ਜਾਏਗਾ, ਕਿਉਂਕਿ 3 ਘੰਟੇ ਬਹੁਤ ਔਖੇ ਆ? ਦੇਖੋ, 3 ਘੰਟੇ ਅੱਜ ਆਪਾਂ ਨੂੰ ਔਖੇ ਲੱਗ ਰਹੇ ਨੇ, ਪਰ ਆਪਾਂ 5-7 ਸਾਲ ਬਾਅਦ ਜੇ ਆਪਾਂ ਦੇਖੀਏ ਤਾਂ ਇਹ ਜਿਹੜੇ ਆਪਣੇ ਮੁਲਾਜ਼ਮ ਹੈਗੇ ਨੇ ਉਹ ਬਹੁਤ ਸਾਰੀਆਂ ਅਸਾਮੀਆਂ ਅੱਜ ਵੀ ਖਾਲੀਆਂ ਨੇ, ਅਤੇ 5-7 ਸਾਲ ਬਾਅਦ ਜੇ ਆਪਾਂ ਭਰਤੀ ਨਹੀਂ ਕਰਾਂਗੇ ਅਤੇ ਜਿਹੜੇ ਅੱਜ ਵਰਕਿੰਗ ਹੈਗੇ ਨੇ ਉਹ ਵੀ ਮੌਜੂਦ ਨਹੀਂ ਹੋਣਗੇ, ਤਾਂ ਪੇਸ਼ੈਂਟ ਦੇ ਤਾਂ ਆਖਿਰਕਾਰ ਜਿੰਦਾ ਨਹੀਂ ਤਾਂ ਖੱਜਲ ਖੁਆਰ ਹੋਣਾ ਹੀ ਹੈ। ਪਰ ਹੁਣ ਦੀ ਘੜੀ 'ਚ ਸਾਡੀ ਐਸੋਸੀਏਸ਼ਨ ਦਾ ਇਹੀ ਫੈਸਲਾ ਹੈਗਾ ਕਿ ਅਸੀਂ 8 ਤੋਂ 11 ਵਜੇ ਤੱਕ 3 ਘੰਟੇ ਬੰਦ ਕਰਾਂਗੇ, ਉਹ ਤੋਂ ਬਾਅਦ ਜਿਹੜੇ ਪੇਸ਼ੈਂਟਸ ਹੈਗੇ ਨੇ ਉਹ ਸਾਰੇ 11 ਤੋਂ 2 ਤੱਕ ਅਸੀਂ ਦੇਖ ਕੇ ਜਾਵਾਂਗੇ, ਅਤੇ ਇਸ ਦੌਰਾਨ ਵੀ
ਅਸੀਂ ਸਾਰੀਆਂ ਐਮਰਜੈਂਸੀਆਂ ਸੇਵਾਵਾਂ ਪੇਸ਼ੈਂਟਸ ਨੂੰ ਦੇ ਰਹੇ ਨੇ, ਕੋਈ ਵੀ ਐਮਰਜੈਂਸੀ ਪੇਸ਼ੈਂਟ ਸਾਡੇ ਤੋਂ ਅਨਅਟੈਂਡਡ ਨਹੀਂ ਜਾਏਗਾ, ਚਾਹੇ ਉਹ ਕਿਸੇ ਵੀ ਫੈਸਿਲਿਟੀ ਦਾ ਨਾ ਹੋ। ਡਾਕਟਰ ਦੀ ਭਰਤੀ ਦਾ ਹੋਣਾ ਬਹੁਤ ਜ਼ਰੂਰੀ ਹੈ ਭਾਜੀ, ਬਿਲਡਿੰਗਾਂ ਸਮਝ ਲੱਗਦੀ ਵੀ ਐਡੀ ਬਿਲਡਿੰਗਾਂ ਰੱਖੀਆਂ ਕੀਤੀਆਂ ਜਾ ਰਹੀਆਂ, ਲੇਕਿਨ ਡਾਕਟਰਾਂ ਦੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਹੈ। ਪਹਿਲਾਂ ਤਾਂ ਜਿਹੜੀ ਅੱਜ ਹੜਤਾਲ ਕੀਤੀ, ਮੈਂ ਇਸ ਹੜਤਾਲ ਬਾਰੇ ਕਹਿਣਾ ਚਾਹੁੰਦਾ ਜਿਹੜੀ ਹੜਤਾਲ ਹੈ ਡਾਕਟਰਾਂ ਦੀ ਹੜਤਾਲ ਨਹੀਂ, ਸਿਰਫ ਇਹ ਡਾਕਟਰ ਜਿਹੜੀ ਹੜਤਾਲ ਕਰ ਰਹੇ ਲੋਕਾਂ ਲਈ ਕਰ ਰਹੇ ਆ, ਕਿਉਂਕਿ ਸਾਰੇ ਲੋਕਾਂ ਨੂੰ ਜਿਹੜਾ ਇੱਕ ਵਾਰ ਵਾਰ ਗੱਲ ਕਹੀ ਜਾ ਰਹੀ ਕਿ ਲੋਕ ਖਰਾਬ ਹੋ ਰਹੇ ਆ, ਅਤੇ ਡਾਕਟਰ ਸਾਹਿਬ ਜਿਹੜੀ ਹੜਤਾਲ ਕਰ ਰਹੇ ਆ ਇਸ ਵਾਸਤੇ ਕਰ ਰਹੇ ਆ ਕਿ ਜਿਹੜੀ ਡਾਕਟਰਾਂ ਦੀ ਕਮੀ ਹੈਗੀ ਹੈ ਉਸ ਕਰਕੇ ਜਿਹੜੀ ਸਟ੍ਰਾਈਕ ਹੋ ਰਹੀ ਹੈਗੀ ਹੈ। ਵੇਖੋ ਕਿੱਦਾਂ ਐਮਰਜੈਂਸੀ ਡਾਕਟਰ ਹੈ ਉਹ ਐਮਰਜੈਂਸੀ ਦੌਰਾਨ ਜਿਹੜਾ ਪੋਸਟਮਾਰਟਮ ਕਰਨ ਵੀ ਜਾਂਦਾ ਹੈਗਾ, ਮੰਨ ਲਓ ਡਾਕਟਰ ਪੋਸਟਮਾਰਟਮ ਕਰ ਜਾਂਦਾ ਮਗਰ ਕੋਈ ਐਮਰਜੈਂਸੀ ਵੱਡੀ ਮਿਸਹੈਪਨਿੰਗ ਹੋ ਜਾਂਦੀ ਹੈ ਅਤੇ ਉੱਥੇ ਜਿਹੜਾ ਲੋਕਾਂ ਨੂੰ ਕਿਵੇਂ ਜਿਹੜੀਆਂ ਸਿਹਤ ਸਹੂਲਤਾਂ ਮਿਲਣੀਆਂ ਹੈਗੀਆਂ। ਸੋ ਮੈਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਜਥੇਬੰਦੀਆਂ ਵੀ ਜਿਹੜੀਆਂ ਪੰਜਾਬ ਦੀ ਸਾਰੀਆਂ ਕਿ ਸਾਰਿਆਂ ਨੂੰ ਜਿਹੜਾ ਡਾਕਟਰਾਂ ਦੇ ਨਾਲ ਇਕੱਠੇ ਹੋਣਾ ਚਾਹੀਦਾ, ਇਹ ਡਾਕਟਰਾਂ ਦੀ ਮਸਲਾ ਨਹੀਂ ਹੈਗਾ, ਸਾਡੇ ਲੋਕਾਂ ਦਾ ਮਸਲਾ ਹੈਗਾ। ਦੂਸਰੀ ਗੱਲ ਹੈ ਕਿ ਅੱਜ ਜਿਹੜੇ ਕੀ ਹੈ, ਮੈਂ ਪੈਰਾਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਪੰਜਾਬ ਵੱਲੋਂ ਜਿਹੜੇ ਵਿਸ਼ਵਾਸ ਦੇਣਾ ਚਾਹੁੰਦਾ ਕਿ ਸਾਨੂੰ ਜਿਹੜਾ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਸਰਕਾਰ ਦੇ ਖਿਲਾਫ਼ ਲੜਨਾ ਪਊਗਾ, ਕਿਉਂਕਿ ਸਰਕਾਰ ਨੇ ਜਦੋਂ ਬਣੀ ਸੀ ਇਹਨੇ ਵਾਅਦੇ ਕੀਤੇ ਸੀ, ਉਸੇ ਵਾਅਦੇ ਦੀ ਜਿਹੜੀ ਪੂਰੀ ਨਹੀਂ ਉਤਰੀ, ਵਾਰ ਵਾਰ ਸਾਨੂੰ ਜਿਹੜਾ ਟਾਈਮ ਦੇ ਕੇ 5-7 ਲੱਖ ਜਿਹੜਾ ਮੁਲਾਜ਼ਮ ਹੈਗਾ ਪੰਜਾਬ ਦਾ ਪੈਨਸ਼ਨਰ ਅਤੇ ਮੁਲਾਜ਼ਮ, ਉਹਨਾਂ ਨੂੰ ਵਾਰ ਵਾਰ ਟਾਈਮ ਦੇ ਕੇ ਜਿਹੜਾ ਮੁੱਖ ਮੰਤਰੀ ਆਪਣੀ ਮੀਟਿੰਗ ਤੋਂ ਭੱਜ ਰਿਹਾ ਹੈਗਾ, ਇਸ ਕਰਕੇ ਜਿਹੜਾ ਪੂਰੇ ਮੁਲਾਜ਼ਮ ਜਿਹੜੀ ਮੂਵਮੈਂਟ 'ਚ ਉਹਦੇ 'ਚ ਜਿਹੜਾ ਰੋਸ ਪਾਇਆ ਜਾ ਰਿਹਾ ਹੈ। ਤੁਸੀਂ ਦੇਖ ਸਕਦੇ ਵੀ ਸਰਕਾਰ ਜਿਹੜੀ ਆ ਵਾਅਦਾ ਖਿਲਾਫੀ ਕਰਦੀ ਹੈ, ਇਸ ਕਰਕੇ ਜਿਹੜੇ ਸੜਕਾਂ 'ਤੇ ਡਾਕਟਰਾਂ ਨੂੰ ਵੀ ਜਿਹੜਾ ਉਤਰਨਾ ਪੈਂਦਾ ਵਾ, ਜਿਹੜਾ ਸਹਿਯੋਗ ਜਿਹੜੇ ਆ ਸਾਰਾ ਜਿਹੜੇ ਡਾਕਟਰ ਸਟਾਫ ਜਿਹੜਾ ਹੈਗਾ ਪੈਰਾਮੈਡੀਕਲ ਸਟਾਫ ਜਿਹੜਾ ਹੈਗਾ ਉਹਨਾਂ ਦਾ ਕਰਦਾ ਦਿਖਾਈ ਦੇ ਰਿਹਾ, ਕਿਉਂਕਿ ਇਹਨਾਂ ਦੀ ਲੰਬੇ ਸਮੇਂ ਤੋਂ ਇਹੀ ਮੰਗਾਂ ਹੈ। ਇੱਕ ਹੁਣ ਜਿਹੜੀ ਨਵੀਂ ਮੰਗ ਨਾਲ ਜੁੜੀ ਹੈ, ਇੱਕ ਸੁਰੱਖਿਆ ਦਾ ਮੁੱਦਾ, ਸੁਰੱਖਿਆ ਦਾ ਮੁੱਦਾ ਅਹਿਮ ਮੁੱਦਾ ਹੈ, ਕਿਉਂਕਿ ਜਦੋਂ ਕੋਈ ਕਾਂਡ ਹੋ ਜਾਂਦਾ ਉਸ ਤੋਂ ਬਾਅਦ ਤਾਂ ਸਰਕਾਰਾਂ ਜਾਗਦੀਆਂ, ਬੜੇ ਦਾਅਵੇ ਕਰਦੀਆਂ, ਬੜੇ ਵਾਅਦੇ ਕਰਦੀਆਂ ਦਿਖਾਈ ਦਿੰਦੀਆਂ, ਜਦੋਂ ਇਹਨਾਂ ਵੱਲੋਂ ਸ਼ਿਕਾਇਤ ਇੱਕ ਦਿੱਤੀ ਜਾਂਦੀ ਹੈ SSP ਆਫਿਸ ਵੀ, ਲੇਕਿਨ ਉਹਦੇ 'ਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ, ਉਸ ਤੋਂ ਬਾਅਦ ਵੀ ਇਹਨਾਂ ਨੂੰ ਸਿਕਿਉਰਟੀ ਨਹੀਂ ਪ੍ਰੋਵਾਈਡ ਕੀਤੀ ਜਾਂਦੀ। ਇਹ ਇੱਕ ਵੱਡਾ ਮੁੱਦਾ ਹੈਗਾ ਵੀ ਜਿਹਨੂੰ ਸਰਕਾਰ ਨੂੰ ਪਹਿਲ ਦੇ ਤੌਰ 'ਤੇ ਹੱਲ ਕਰਨਾ ਚਾਹੀਦਾ, ਨਾ ਕਿ ਜਿਹੜੇ ਵਾਅਦੇ ਆ ਉਹ ਜਿਹੜੇ ਕਾਗਜ਼ਾਂ ਤੱਕ ਹੀ ਸੀਮਤ ਰਹਿਣ, ਜ਼ਮੀਨੀ ਤੌਰ 'ਤੇ ਵੀ ਉਹਨਾਂ ਨੂੰ ਹੱਲ ਹੋਣਾ ਚਾਹੀਦਾ ਤਾਂ ਜੋ ਲੋਕ ਦੇਖ ਸਕਣ। ਦੂਜੀ ਗੱਲ ਹੈ ਵੀ ਜਿਹੜੇ ਪੇਸ਼ੈਂਟ ਖੱਜਲ ਖੁਆਰ ਹੋ ਰਹੇ ਆ, ਵੀ ਡਾਕਟਰਾਂ ਦਾ ਕਹਿਣਾ 3 ਘੰਟਿਆਂ ਦੀ ਮੁਸ਼ਕਲ ਤਾਂ ਜ਼ਰੂਰ ਹੈ, ਲੇਕਿਨ ਸਰਕਾਰ ਇਹੋ ਜਿਹੇ ਕੰਮ ਹੀ ਕਿਉਂ ਕਰਦੀ ਹੈ ਵੀ ਡਾਕਟਰ ਲੋਕਾਂ ਨੂੰ ਜਿਹੜਾ ਪੇਸ਼ੈਂਟ ਨੂੰ ਜਿਹੜਾ ਇੰਤਜ਼ਾਰ ਕਰਵਾਉਣਾ ਪਵੇ, ਉਹਨਾਂ ਨੂੰ ਉਹਨਾਂ ਦੀ OPD ਰੋਕਣੀ ਪਵੇ। ਜੇ ਸਰਕਾਰ ਪਹਿਲਾਂ ਹੀ ਉਹਨਾਂ ਦੀ ਮੰਗਾਂ ਮੰਨ ਲੈਂਦੀ ਹੈ ਤਾਂ ਫਿਰ ਪੇਸ਼ੈਂਟ ਵੀ ਨਾ ਖੱਜਲ ਖੁਆਰ ਹੋਣ ਅਤੇ ਉੱਥੇ ਡਾਕਟਰਾਂ ਦੀ ਜਿਹੜੀਆਂ ਮੁਸ਼ਕਲਾਂ ਹੈ ਉਹ ਵੀ ਜਿਹੜੀਆਂ ਹੱਲ ਉਹ ਕੀਤੀਆਂ ਜਾ ਸਕਣ। ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ, ਦੈਨਿਕ ਸਵੇਰਾ ਫਿਰੋਜ਼। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, YouTube, Facebook, Instagram, X और व्हाट्सएप चैनल पर।